ਸ਼੍ਰੀਕਾਲ ਦੇਸ਼ ਵਿਦੇਸ਼ ਵਿੱਚ ਬੈਠੇ ਦਰਸ਼ਕਾਂ ਦਾ ਸਵਾਗਤ ਹੈ ਤੇ ਤੁਸੀਂ ਦੇਖ ਰਹੇ ਹੋ ਸਿੱਖ ਟੀਵੀ। ਮੈਂ ਸਰਬਜੀਤ ਕੌਰ ਲੈ ਕੇ ਹਾਜ਼ਰ ਹਾਂ ਖਬਰਾਂ ਦਾ ਬੁਲੇਟਿਨ ਤੇ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਮੁੱਖ ਹੈਡਲਾਈਨਸ ਤੇ। ਚਾਰਾ ਘੁਟਾਲਾ ਮਾਮਲੇ ਵਿੱਚ ਅਦਾਲਤ ਨੇ ਲਾਲੂ ਪ੍ਰਸਾਦ ਯਾਦਵ ਨੂੰ ਦਿੱਤਾ ਦੋਸ਼ੀ ਕਰਾਰ। 3 ਜਨਵਰੀ ਨੂੰ ਹੋਵੇਗਾ ਸਜ਼ਾ ਦਾ ਐਲਾਨ। ਪਾਕਿਸਤਾਨ ਨੇ ਰਾਜੌਰੀ ਸੈਕਟਰ ਵਿੱਚ ਗਸ਼ਤ ਕਰ ਰਹੀ ਫੌਜੀ ਟੁਕੜੀ ਉੱਤੇ ਕੀਤੀ ਗੋਲੀਬਾਰੀ। ਗੋਲੀਬਾਰੀ ਦੌਰਾਨ ਭਾਰਤੀ ਫੌਜ ਦਾ 1 ਮੇਜਰ ਤੇ 3 ਜਵਾਨ ਹੋਏ ਸ਼ਹੀਦ। ਮਿਸ਼ਨ ਅੰਤੋਦਿਆ ਤਹਿਤ ਪੰਜਾਬ ਦੀਆਂ 5 ਗ੍ਰਾਮ ਪੰਚਾਇਤਾਂ ਨੇ ਕੌਮੀ ਪੱਧਰ ਉੱਤੇ 1 ਤੋਂ 10 ਤੱਕ ਦੀ ਰੈਂਕਿੰਗ ਵਿੱਚ ਬਣਾਈ ਜਗ੍ਹਾ। ਨਵਾਂਸ਼ਹਿਰ ਦੀਆਂ 3, ਫਿਰੋਜ਼ਪੁਰ ਤੇ ਗੁਰਦਾਸਪੁਰ ਦੀ 1-1 ਗ੍ਰਾਮ ਪੰਚਾਇਤ ਸੂਚੀ ਵਿੱਚ ਹੋਈ ਸ਼ਾਮਿਲ। ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸਹੀ ਜਵਾਬ ਨੂੰ ਗਲਤ ਦੱਸਣ ਵਾਲੇ 45 ਅਧਿਆਪਕਾਂ ਨੂੰ ਕੀਤਾ ਨੋਟਿਸ ਜਾਰੀ। ਲੰਮੇ ਸਮੇਂ ਤੋਂ ਸਾਬਤ ਸੂਰਤ ਸਿੱਖ ਨੌਜਵਾਨਾਂ ਨੂੰ ਨਹੀਂ ਮਿਲ ਰਹੀ ਬਾਕਸਿੰਗ ਖੇਡਣ ਦੀ ਇਜਾਜ਼ਤ। ਦਸ਼ਮੇਸ਼ ਪਿਤਾ ਦੇ 350 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ। ਲੰਡਨ ਵਿੱਚ ਰਾਸ਼ਟਰੀ ਸਿੱਖ ਯੁੱਧ ਯਾਦਗਾਰ ਉਸਾਰਨ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ। ਵਿਰੋਧੀ ਧਿਰ ਦੇ ਨੇਤਾ ਸਮੇਤ ਹੋਰ ਆਗੂਆਂ ਨੇ ਵੀ ਐਮ ਪੀ ਢੇਸੀ ਦੇ ਮਤੇ ਦੀ ਕੀਤੀ ਹਮਾਇਤ। ਸਿੱਖ ਸੰਗਤ ਨੂੰ ਏਅਰ ਇੰਡੀਆ ਨੇ ਦਿੱਤੀ ਸੁਗਾਤ। ਅੰਮ੍ਰਿਤਸਰ ਤੋਂ ਨਾਂਦੇੜ ਸਾਹਿਬ ਲਈ ਪਹਿਲੀ ਹਵਾਈ ਉਡਾਨ ਦੀ ਕੀਤੀ ਸ਼ੁਰੂਆਤ। ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਵੱਲੋਂ ਅਰਦਾਸ ਕਰਨ ਉਪਰੰਤ ਕੀਤਾ ਉਡਾਨ ਦਾ ਰਸਮੀ ਉਦਘਾਟਨ। ਉਤਸ਼ਾਹ ਨਾਲ ਮਨਾਇਆ ਜਾ ਰਿਹਾ ਪਟਨਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾ ਪ੍ਰਕਾਸ਼ ਪੁਰਬ। ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਵੀ ਪਟਨਾ ਸਾਹਿਬ ਟੇਕਿਆ ਮੱਥਾ। ਰਾਜਸਥਾਨ ਵਿੱਚ ਬੱਸ ਦਰਿਆ ਵਿੱਚ ਡਿੱਗਣ ਕਾਰਨ 33 ਯਾਤਰੀਆਂ ਦੀ ਹੋਈ ਮੌਤ। ਕੰਡਕਟਰ ਚਲਾ ਰਿਹਾ ਸੀ ਬੱਸ। ਹੁਣ ਖਬਰਾਂ ਵਿਸਥਾਰ ਦੇ ਨਾਲ। ਬਿਹਾਰ ਦੇ ਸਾਬਕਾ ਮੁੱਖ ਮੰਤਰੀ ਤੇ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਨੂੰ ਰਾਂਚੀ ਦੀ CBI ਅਦਾਲਤ ਨੇ ਚਾਰਾ ਘੁਟਾਲਾ ਮਾਮਲੇ ਵਿੱਚ ਦੋਸ਼ੀ ਕਰਾਰ ਦੇ ਦਿੱਤਾ ਹੈ। ਇਸ ਦੇ ਨਾਲ ਹੀ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜਗਨਨਾਥ ਮਿਸ਼ਰਾ ਨੂੰ ਇਸ ਮਾਮਲੇ ਵਿੱਚੋਂ ਬਰੀ ਕਰ ਦਿੱਤਾ ਗਿਆ। ਪੁਲਿਸ ਨੇ ਲਾਲੂ ਪ੍ਰਸਾਦ ਯਾਦਵ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਤੇ ਹੁਣ ਉਸਨੂੰ ਜੇਲ੍ਹ ਭੇਜ ਦਿੱਤਾ ਜਾਵੇਗਾ। ਅਦਾਲਤ ਨੇ ਸਜ਼ਾ ਸੁਣਾਉਣ ਦੀ ਤਰੀਕ 3 ਜਨਵਰੀ ਰੱਖੀ ਹੋਈ ਹੈ। ਜ਼ਿਕਰਯੋਗ ਹੈ ਕਿ ਸਾਲ 1990 ਤੋਂ 1994 ਦਰਮਿਆਨ ਸਰਕਾਰੀ ਖਜ਼ਾਨੇ ਵਿੱਚੋਂ ਪਸ਼ੂ ਚਾਰੇ ਦੇ ਨਾਂ ਉੱਤੇ ਗੈਰ ਕਾਨੂੰਨੀ ਢੰਗ ਨਾਲ 99,27,000 ਰੁਪਏ ਦਾ ਘੁਟਾਲਾ ਕੀਤਾ ਗਿਆ ਸੀ। ਉਸ ਵੇਲੇ ਲਾਲੂ ਪ੍ਰਸਾਦ ਯਾਦਵ ਬਿਹਾਰ ਦੇ ਮੁੱਖ ਮੰਤਰੀ ਸਨ। ਬੀਤੇ ਦਿਨ 20 ਸਾਲਾਂ ਬਾਅਦ ਅਦਾਲਤ ਨੇ ਆਪਣਾ ਫੈਸਲਾ ਸੁਣਾਇਆ ਹੈ। ਬੀਤੇ ਦਿਨ ਪਾਕਿਸਤਾਨੀ ਫੌਜ ਵੱਲੋਂ ਕੰਟਰੋਲ ਰੇਖਾ ਉੱਤੇ ਕੀਤੀ ਗਈ ਗੋਲੀਬਾਰੀ ਵਿੱਚ ਫੌਜ ਦੇ ਮੇਜਰ ਅਤੇ ਪੰਜਾਬ ਨਾਲ ਸੰਬੰਧਿਤ ਲਾਂਸ ਨਾਇਕ ਸਣੇ 4 ਜਵਾਨ ਸ਼ਹੀਦ ਹੋ ਗਏ। ਜੰਮੂ ਕਸ਼ਮੀਰ ਵਿੱਚ ਰਾਜੌਰੀ ਜ਼ਿਲ੍ਹੇ ਦੇ ਕੇਰੀ ਸੈਕਟਰ ਵਿੱਚ ਪਾਕਿਸਤਾਨ ਸੈਨਿਕਾਂ ਵੱਲੋਂ ਭਾਰਤੀ ਫੌਜ ਦੀ ਗਸ਼ਤ ਕਰ ਰਹੀ ਇੱਕ ਟੁਕੜੀ ਉੱਤੇ ਦੁਪਹਿਰ 12 ਵਜੇ ਗੋਲੀਬਾਰੀ ਕੀਤੀ ਗਈ, ਜਿਸ ਵਿੱਚ ਮੇਜਰ ਮੋਹਰਕਾਰ ਪ੍ਰਫੁੱਲ ਅੰਬਾਦਾਸ, ਲਾਂਸ ਨਾਇਕ ਗੁਰਮੇਲ ਸਿੰਘ, ਸਿਪਾਹੀ ਪ੍ਰਗਟ ਸਿੰਘ ਤੇ ਕੁਲਦੀਪ ਸਿੰਘ ਸ਼ਹੀਦ ਹੋ ਗਏ। ਮੇਜਰ ਅੰਬਾਦਾਸ ਮਹਾਰਾਸ਼ਟਰ ਦੇ ਭੰਡਾਰਾ ਜ਼ਿਲ੍ਹੇ, ਲਾਂਸ ਨਾਇਕ ਕੁਲਦੀਪ ਸਿੰਘ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਤੇ ਸਿਪਾਹੀ ਪ੍ਰਗਟ ਸਿੰਘ ਹਰਿਆਣਾ ਦੇ ਕਰਨਾਲ ਦਾ ਰਹਿਣ ਵਾਲਾ ਸੀ। ਇਸ ਘਟਨਾ ਦੇ ਬਾਅਦ ਸ਼ੁਰੂ ਹੋਈ ਕਾਰਵਾਈ ਵਿੱਚ ਦੋਵੇਂ ਪਾਸਿਓਂ ਭਾਰੀ ਗੋਲੀਬਾਰੀ ਕੀਤੀ ਗਈ। ਜੰਮੂ ਕਸ਼ਮੀਰ ਦੇ ਉਪ ਮੁੱਖ ਮੰਤਰੀ ਨਿਰਮਲ ਸਿੰਘ ਨੇ ਕਿਹਾ ਕਿ ਪਾਕਿਸਤਾਨ ਨੂੰ ਅਜਿਹੀਆਂ ਕਾਰਵਾਈਆਂ ਦੇ ਸਖ਼ਤ ਨਤੀਜੇ ਭੁਗਤਣੇ ਪੈਣਗੇ। ਦਿਹਾਤੀ ਵਿਕਾਸ ਮੰਤਰਾਲੇ ਵੱਲੋਂ ਰਾਜ ਸਰਕਾਰਾਂ ਨਾਲ ਮਿਲ ਕੇ ਕੀਤੀ 50,000 ਗ੍ਰਾਮ ਪੰਚਾਇਤਾਂ ਦੀ ਰੈਂਕਿੰਗ ਵਿੱਚ ਪੰਜਾਬ ਦੀਆਂ 5 ਗ੍ਰਾਮ ਪੰਚਾਇਤਾਂ ਕੌਮੀ ਪੱਧਰ ਉੱਤੇ ਦਿੱਤੀ 1 ਤੋਂ 10 ਤੱਕ ਦੀ ਰੈਂਕਿੰਗ ਵਿੱਚ ਆਪਣੇ ਸਥਾਨ ਬਣਾਉਣ ਵਿੱਚ ਕਾਮਯਾਬ ਹੋ ਗਈਆਂ ਨੇ। ਮੰਤਰਾਲੇ ਵੱਲੋਂ ਜਾਰੀ ਰੈਂਕਿੰਗ ਮੁਤਾਬਕ ਨਵਾਂਸ਼ਹਿਰ ਜ਼ਿਲ੍ਹੇ ਦੀ ਉਸਮਾਨਪੁਰ ਗ੍ਰਾਮ ਪੰਚਾਇਤ ਨੂੰ ਕੌਮੀ ਪੱਧਰ ਉੱਤੇ 7ਵੀਂ ਰੈਂਕਿੰਗ ਮਿਲੀ ਹੈ, ਜਦਕਿ ਨਵਾਂਸ਼ਹਿਰ ਦੀਆਂ ਹੀ 2 ਹੋਰ ਗ੍ਰਾਮ ਪੰਚਾਇਤਾਂ ਜਾਡਲਾ ਤੇ ਕਾਹਮਾ ਨੂੰ 8ਵੀਂ ਰੈਂਕਿੰਗ ਮਿਲੀ ਹੋਈ ਹੈ। ਫਿਰੋਜ਼ਪੁਰ ਜ਼ਿਲ੍ਹੇ ਦੀ ਗ੍ਰਾਮ ਪੰਚਾਇਤ ਮਾਨਾ ਸਿੰਘ ਵਾਲਾ ਤੇ ਗੁਰਦਾਸਪੁਰ ਜ਼ਿਲ੍ਹੇ ਦੀ ਨਾਰਾਂਵਾਲੀ ਗ੍ਰਾਮ ਪੰਚਾਇਤ ਕੌਮੀ ਪੱਧਰ ਉੱਤੇ 10ਵੀਂ ਰੈਂਕਿੰਗ ਉੱਤੇ ਹੈ। ਇੱਥੇ ਜ਼ਿਕਰਯੋਗ ਹੈ ਕਿ ਗ੍ਰਾਮ ਪੰਚਾਇਤਾਂ ਦੀ ਇਹ ਰੈਂਕਿੰਗ ਬੁਨਿਆਦੀ ਢਾਂਚੇ, ਮਨੁੱਖੀ ਵਿਕਾਸ ਤੇ ਆਰਥਿਕ ਗਤੀਵਿਧੀਆਂ ਦੇ ਆਧਾਰ ਉੱਤੇ ਕੀਤੀ ਗਈ ਹੈ। ਸਰਵੇਖਣ ਵਿੱਚ ਚੁਣੀਆਂ ਗਈਆਂ ਇਹਨਾਂ ਗ੍ਰਾਮ ਪੰਚਾਇਤਾਂ ਵਿੱਚੋਂ 2200 ਨੂੰ ਅਗਲੇ 30 ਮਹੀਨਿਆਂ ਵਿੱਚ ਮਾਡਲ ਪਿੰਡਾਂ ਵਜੋਂ ਵਿਕਸਿਤ ਕੀਤਾ ਜਾਵੇਗਾ। ਮੋਦੀ ਸਰਕਾਰ ਵੱਲੋਂ ਇਹ ਸਰਵੇਖਣ ਦਿਹਾਤੀ ਵਿਕਾਸ ਮੰਤਰਾਲੇ ਹੇਠ ਆਉਂਦੇ ਮਿਸ਼ਨ ਅੰਤੋਦਿਆ ਤਹਿਤ ਕਰਵਾਇਆ ਗਿਆ ਹੈ। ਇਸ ਮਿਸ਼ਨ ਦਾ ਉਦੇਸ਼ ਤਕਰੀਬਨ 1 ਕਰੋੜ ਪਰਿਵਾਰਾਂ ਨੂੰ 2022 ਤੱਕ ਗਰੀਬੀ ਰੇਖਾ ਵਿੱਚੋਂ ਬਾਹਰ ਕੱਢਣਾ ਹੈ। ਪੰਜਾਬ ਸਕੂਲ ਸਿੱਖਿਆ ਵਿਭਾਗ ਨੇ 10ਵੀਂ ਜਮਾਤ ਦੇ ਇਮਤਿਹਾਨ ਦੀਆਂ ਉੱਤਰ ਪੱਤਰੀਆਂ ਦੇ ਮੁਲਾਂਕਣ ਮੌਕੇ ਸਹੀ ਜਵਾਬ ਨੂੰ ਗਲਤ ਕਰਨ ਵਾਲੇ 45 ਅਧਿਆਪਕਾਂ ਨੂੰ ਨੋਟਿਸ ਜਾਰੀ ਕੀਤਾ ਹੈ। ਸਰਕਾਰੀ ਸਕੂਲਾਂ ਦੇ ਇਹ ਅਧਿਆਪਕ ਫਰੀਦਕੋਟ, ਮੁਕਤਸਰ, ਬਠਿੰਡਾ, ਫਾਜ਼ਿਲਕਾ ਤੇ ਮਾਨਸਾ ਜ਼ਿਲ੍ਹਿਆਂ ਨਾਲ ਸੰਬੰਧਿਤ ਨੇ। ਇਹਨਾਂ ਅਧਿਆਪਕਾਂ ਉੱਤੇ ਦੋਸ਼ ਹੈ ਕਿ ਉਹਨਾਂ ਨੇ ਉੱਤਰ ਪੱਤਰੀਆਂ ਵਿੱਚ ਸਹੀ ਜਵਾਬ ਨੂੰ ਗਲਤ ਕੀਤਾ ਤੇ ਕਈ ਸਵਾਲਾਂ ਦੇ ਜਵਾਬ ਬਿਨਾਂ ਚੈੱਕ ਕੀਤੇ ਹੀ ਛੱਡ ਦਿੱਤੇ। ਅਧਿਆਪਕਾਂ ਦੀ ਇਸ ਅਣਗਹਿਲੀ ਕਰਕੇ ਨਾ ਸਿਰਫ ਨੰਬਰਾਂ ਵਾਲੀ ਸੂਚੀ ਗਲਤ ਤਿਆਰ ਹੋਈ ਬਲਕਿ ਵਿਦਿਆਰਥੀਆਂ ਦੇ ਕੁੱਲ ਅੰਕਾਂ ਦਾ ਜੋੜ ਵੀ ਗਲਤ ਹੋ ਗਿਆ। ਸਿੱਖਾਂ ਨੇ ਹਰ ਖੇਤਰ ਵਿੱਚ ਆਪਣੀ ਨਿਵੇਕਲੀ ਥਾਂ ਬਣਾਈ ਹੈ, ਪਰ ਬਾਕਸਿੰਗ ਦੇ ਖੇਤਰ ਵਿੱਚ ਸਾਬਤ ਸੂਰਤ ਸਿੱਖਾਂ ਨਾਲ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਉੱਤੇ ਸਾਲਾਂ ਤੋਂ ਭੇਦਭਾਵ ਹੋ ਰਿਹਾ ਹੈ। ਸਾਬਤ ਸੂਰਤ ਸਿੱਖ ਨੌਜਵਾਨਾਂ ਨੂੰ ਬਾਕਸਿੰਗ ਵਿੱਚ ਕਿਸਮਤ ਅਜ਼ਮਾਉਣ ਦੀ ਇਜਾਜ਼ਤ ਹੀ ਨਹੀਂ ਹੈ, ਜਿਸ ਕਾਰਨ ਸਿੱਖ ਨੌਜਵਾਨ ਬਾਕਸਿੰਗ ਛੱਡ ਦਿੰਦੇ ਨੇ। ਬਾਕਸਿੰਗ ਦੇ ਨਿਯਮਾਂ ਦੀ ਗੱਲ ਕਰੀਏ ਤਾਂ ਅੰਤਰਰਾਸ਼ਟਰੀ ਪੱਧਰ ਉੱਤੇ ਬਾਕਸਿੰਗ ਖੇਡਣ ਦਾ ਅਧਿਕਾਰ ਸਾਰੇ ਧਰਮਾਂ ਨੂੰ ਹੈ।
दस दी कि इस मामले लैके पंजाब के बॉक्सर ते पंजाब बॉक्सिंग एसोसीएशन ने आवाज़ चुकी सी पर किसी ने नहीं सुनी। इस गंभीर मामले बारे समुचिया सियासी धिर सिख जथेबंधियों विश्व भर दिख संगत एकजुट होकर आवाज़ बुलंद करनी चाहिए है ता जो सिख नौजवानों इंसाफ मिल सके। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ ਤੇ ਜਾਂਦੀਆਂ ਦੇ ਇੱਕ ਵਾਰ ਫੇਰ ਨਜ਼ਰ ਮਾਰਦਿਆਂ ਹੁਣ ਤੱਕ ਦੀਆਂ ਮੁੱਖ ਹੈਡਲਾਈਨਸ ਤੇ। ਚਾਰਾ ਘੁਟਾਲਾ ਮਾਮਲੇ ਵਿੱਚ ਅਦਾਲਤ ਨੇ ਲਾਲੂ ਪ੍ਰਸਾਦ ਯਾਦਵ ਨੂੰ ਦਿੱਤਾ ਦੋਸ਼ੀ ਕਰਾਰ। 3 ਜਨਵਰੀ ਨੂੰ ਹੋਵੇਗਾ ਸਜ਼ਾ ਦਾ ਐਲਾਨ। ਪਾਕਿਸਤਾਨ ਨੇ ਰਾਜੌਰੀ ਸੈਕਟਰ ਵਿੱਚ ਗਸ਼ਤ ਕਰ ਰਹੀ ਫੌਜੀ ਟੁਕੜੀ ਉੱਤੇ ਕੀਤੀ ਗੋਲੀਬਾਰੀ। ਗੋਲੀਬਾਰੀ ਦੌਰਾਨ ਭਾਰਤੀ ਫੌਜ ਦਾ ਇੱਕ ਮੇਜਰ ਤੇ 3 ਜਵਾਨ ਹੋਏ ਸ਼ਹੀਦ। ਮਿਸ਼ਨ ਅੰਤੋਦਿਆ ਤਹਿਤ ਪੰਜਾਬ ਦੀਆਂ 5 ਗ੍ਰਾਮ ਪੰਚਾਇਤਾਂ ਨੇ ਕੌਮੀ ਪੱਧਰ ਉੱਤੇ 1 ਤੋਂ 10 ਤੱਕ ਦੀ ਰੈਂਕਿੰਗ ਵਿੱਚ ਬਣਾਈ ਜਗ੍ਹਾ। ਨਵਾਂਸ਼ਹਿਰ ਦੀਆਂ 3, ਫਿਰੋਜ਼ਪੁਰ ਤੇ ਗੁਰਦਾਸਪੁਰ ਦੀ 1-1 ਗ੍ਰਾਮ ਪੰਚਾਇਤ ਸੂਚੀ ਵਿੱਚ ਹੋਈ ਸ਼ਾਮਿਲ। ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸਹੀ ਜਵਾਬ ਨੂੰ ਗਲਤ ਦੱਸਣ ਵਾਲੇ 45 ਅਧਿਆਪਕਾਂ ਨੂੰ ਕੀਤਾ ਨੋਟਿਸ ਜਾਰੀ। ਲੰਮੇ ਸਮੇਂ ਤੋਂ ਸਾਬਤ ਸੂਰਤ ਸਿੱਖ ਨੌਜਵਾਨਾਂ ਨੂੰ ਨਹੀਂ ਮਿਲ ਰਹੀ ਬਾਕਸਿੰਗ ਖੇਡਣ ਦੀ ਇਜਾਜ਼ਤ। ਦਸ਼ਮੇਸ਼ ਪਿਤਾ ਦੇ 350 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ। ਲੰਡਨ ਵਿੱਚ ਰਾਸ਼ਟਰੀ ਸਿੱਖ ਯੁੱਧ ਯਾਦਗਾਰ ਉਸਾਰਨ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ। ਵਿਰੋਧੀ ਧਿਰ ਦੇ ਨੇਤਾ ਸਮੇਤ ਹੋਰ ਆਗੂਆਂ ਨੇ ਵੀ ਐਮ ਪੀ ਢੇਸੀ ਦੇ ਮਤੇ ਦੀ ਕੀਤੀ ਹਮਾਇਤ। ਸਿੱਖ ਸੰਗਤ ਨੂੰ ਏਅਰ ਇੰਡੀਆ ਨੇ ਦਿੱਤੀ ਸੁਗਾਤ। ਅੰਮ੍ਰਿਤਸਰ ਤੋਂ ਨਾਂਦੇੜ ਸਾਹਿਬ ਲਈ ਪਹਿਲੀ ਹਵਾਈ ਉਡਾਨ ਦੀ ਕੀਤੀ ਸ਼ੁਰੂਆਤ। ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਵੱਲੋਂ ਅਰਦਾਸ ਕਰਨ ਉਪਰੰਤ ਕੀਤਾ ਉਡਾਨ ਦਾ ਰਸਮੀ ਉਦਘਾਟਨ। ਉਤਸ਼ਾਹ ਨਾਲ ਮਨਾਇਆ ਜਾ ਰਿਹਾ ਪਟਨਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾ ਪ੍ਰਕਾਸ਼ ਪੁਰਬ। ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਵੀ ਪਟਨਾ ਸਾਹਿਬ ਟੇਕਿਆ ਮੱਥਾ। ਰਾਜਸਥਾਨ ਵਿੱਚ ਬੱਸ ਦਰਿਆ ਵਿੱਚ ਡਿੱਗਣ ਕਾਰਨ 33 ਯਾਤਰੀਆਂ ਦੀ ਹੋਈ ਮੌਤ। ਕੰਡਕਟਰ ਚਲਾ ਰਿਹਾ ਸੀ ਬੱਸ। ਅੱਜ ਦੇ ਪੰਜਾਬੀ ਬੁਲੇਟਿਨ ਵਿੱਚ ਇੰਨਾ ਹੀ। ਤੁਸੀਂ ਦੇਖਦੇ ਰਹੋ ਸਿੱਖ ਟੀਵੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ।